ਜੱਟਾ ਸ਼ਰੇਆਮ ਤੂੰ ਤਾਂ ਤੱਕਾ ਹੀ ਕਰਦਾ ਹੈ। ਇਹ ਗਾਣਾ ਬਹੁਤ ਹੀ ਜ਼ਿਆਦਾ ਹਿੱਟ ਚੱਲ ਰਿਹਾ ਹੈ, ਟ੍ਰੈਂਡਿੰਗ 'ਚ ਰਿਹਾ ਹੈ ਇਹ ਗਾਣਾ, ਅਤੇ ਉਸ ਤੋਂ ਬਾਅਦ ਲੋਕ ਇਸ ਗਾਣੇ ਨੂੰ ਲੂਪ 'ਤੇ ਸੁਣੀ ਜਾ ਰਹੇ ਨੇ। ਇਸ ਗਾਣੇ ਨੂੰ ਪੇਸ਼ ਕੀਤਾ ਗਿਆ ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖਾਨ ਦੇ ਵੱਲੋਂ, ਜਿੱਥੇ ਇਹਨਾਂ ਦੋਨਾਂ ਦੀ ਬੁਲੰਦ ਆਵਾਜ਼ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਇਹ ਪਹਿਲੀ ਵਾਰ ਸੀ ਕਿ ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖਾਨ ਇਕੱਠੇ ਆਏ ਸੀ, ਅਤੇ ਉਹਨਾਂ ਦਾ ਗਾਣਾ ਤੱਕਾ ਸੱਚੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਲੋਕਾਂ ਨੂੰ। ਅਤੇ ਹੁਣ ਮੈਨੂੰ ਇੱਦਾਂ ਵੀ ਲੱਗ ਰਿਹਾ ਕਿ ਇਹਨਾਂ ਦੋਨਾਂ ਦੀ ਬੌਂਡਿੰਗ ਹੋ ਚੁੱਕੀ ਹੈ ਕਾਫੀ ਜ਼ਿਆਦਾ ਸਟਰੋਂਗ। ਜਿੱਥੇ ਤੱਕਾ ਗਾਣਾ ਸੁਪਰ ਹਿੱਟ ਹੋ ਚੁੱਕਾ, ਉਸ ਤੋਂ ਬਾਅਦ ਇਹ ਦੋਨੋਂ ਇੱਕ ਦੂਸਰੇ ਨੂੰ ਮਿਲ ਵੀ ਰਹੇ ਨੇ। ਜਿੱਥੇ ਅਫਸਾਨਾ ਖਾਨ ਆਪਣੇ ਫੈਮਿਲੀ ਮੈਂਬਰਸ ਨੂੰ ਲੈ ਕੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਅਤੇ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਨੇ ਨੱਚ ਵੀ ਲਿਆ, ਜਿੱਥੇ ਓਲਡ ਸਕੂਲ 'ਤੇ ਨੱਚਦੇ ਹੋਏ ਨਜ਼ਰ ਆਏ ਅਫਸਾਨਾ ਖਾਨ। ਸੋ ਜੀ ਚੈੱਕ ਕਰਦੇ ਨਾ ਸਾਰੀ ਪਿਕਚਰਸ ਨੂੰ ਅਤੇ ਵੀਡੀਓਜ਼ ਨੂੰ, ਜਿੱਥੇ ਸਾਨੂੰ ਨਜ਼ਰ ਆ ਰਹੇ ਨੇ ਅਫਸਾਨਾ ਖਾਨ ਅਤੇ ਸਿੱਧੂ ਮੂਸੇਵਾਲਾ। ਮੂਸੇਵਾਲਾ ਦੇ ਘਰ ਉਹਨਾਂ ਨੇ ਇਹ ਪਿਕਚਰਸ ਖਿਚਵਾਈਆਂ, ਜਿਸ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖਾਨ ਨੇ ਲਿਖਿਆ ਹੈ, ਮੂਸੇਵਾਲਾ ਜੱਟ 59-11 ਵਰਗਾ, ਸਿੱਧੂ ਮੂਸੇਵਾਲਾ ਅਫਸਾਨਾ ਖਾਨ ਤੱਕਾ ਗਰਲ। ਇਸ ਦੂਸਰੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਨੇ ਲਿਖਿਆ ਹੈ, ਸਿੱਧੂ ਬਾਈ ਦੇ ਪਿੰਡ ਘਰ ਜਾ ਕੇ ਬਹੁਤ ਪਿਆਰ ਦਿੱਤਾ ਬਾਈ ਜੀ ਦੇ ਮੋਮ, ਫੈਮਿਲੀ ਕੈਂਟ ਡਾਊਨ ਟੂ ਅਰਥ, ਵਾਹਿਗੁਰੂ ਮੇਰ ਕਰੇ ਆਂਟੀ ਜੀ ਐਂਡ ਮਾਈ ਮੋਮ, ਸਿੱਧੂ ਮੂਸੇਵਾਲਾ ਅਫਸਾਨਾ ਖਾਨ ਕਮਿੰਗ ਸੂਨ। ਇਹਨਾਂ ਸਾਰੇ ਪਿਕਚਰਸ ਨੂੰ ਤਾਂ ਤੁਸੀਂ ਦੇਖ ਲਿਆ, ਐਂਡ ਆਈ ਐਮ ਸ਼ੋਰ ਤੁਹਾਨੂੰ ਵੀ ਇਹੀ ਲੱਗ ਰਿਹਾ ਹੋਵੇਗਾ ਕਿ ਜਿੱਥੇ ਇਹਨਾਂ ਦਾ ਬੌਂਡ ਸਟਰੋਂਗ ਹੋ ਚੁੱਕਾ, ਹੋ ਸਕਦਾ ਕੁਛ ਨਵਾਂ ਲੈ ਕੇ ਆ ਰਹੇ ਨੇ। ਸੋ ਇਸਦਾ ਹਿੰਟ ਵੀ ਦੇ ਦਿੱਤਾ ਅਫਸਾਨਾ ਖਾਨ ਨੇ, ਜਿੱਥੇ ਉਹਨਾਂ ਨੇ ਲਿਖਿਆ ਕਮਿੰਗ ਸੂਨ। ਇਹਨਾਂ ਦੋਨਾਂ ਵਰਡਸ ਤੋਂ ਇਹ ਤਾਂ ਗੱਲ ਕਲੀਅਰ ਹੋ ਚੁੱਕੀ ਹੈ ਕਿ ਅਫਸਾਨਾ ਖਾਨ ਅਤੇ ਸਿੱਧੂ ਮੂਸੇਵਾਲਾ ਫਿਰ ਤੋਂ ਕੁਛ ਨਵਾਂ ਲੈ ਕੇ ਆਉਣਗੇ, ਅਤੇ ਉਹਨਾਂ ਦੀ ਇਸ ਮੁਲਾਕਾਤ ਨੂੰ ਦੇਖਣ ਤੋਂ ਬਾਅਦ ਇਹ ਵੀ ਗੱਲ ਕਲੀਅਰ ਹੋ ਚੁੱਕੀ ਹੈ ਕਿ ਕੁਛ ਨਵੇਂ ਪ੍ਰੋਜੈਕਟ 'ਤੇ ਇਹ ਦੋਨੋਂ ਕੰਮ ਵੀ ਕਰ ਰਹੇ ਨੇ। ਇਸ ਪੋਸਟ ਦੇ ਵਿੱਚ ਉਹਨਾਂ ਨੇ ਇੱਕ ਹੋਰ ਇਨਸਾਨ ਨੂੰ ਟੈਗ ਕੀਤਾ ਹੈ, ਜਿਨ੍ਹਾਂ ਦਾ ਨਾਮ ਹੈ ਖੁਦਾ ਬਖਸ਼। ਖੁਦਾ ਬਖਸ਼ ਬਹੁਤ ਹੀ ਵਧੀਆ ਗਾਉਂਦੇ ਨੇ, ਇੰਡੀਅਨ ਆਈਡਲ ਦੀ ਫੇਮ ਰਹਿ ਚੁੱਕੇ ਨੇ, ਐਂਡ ਆਈ ਐਮ ਸ਼ੋਰ ਕਿ ਉਹ ਵੀ ਇਹਨਾਂ ਦੇ ਨਾਲ ਕੋਲਾਬੋਰੇਟ ਕਰ ਰਹੇ ਨੇ ਅਤੇ ਕੁਛ ਨਵਾਂ ਲੈ ਕੇ ਆਉਣਗੇ ਇਹ ਤਿੰਨੋਂ ਜਾਣੇ ਮਿਲ ਕੇ। ਪਰ ਹੁਣ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਕਿੰਨੇ ਕੁ ਐਕਸਾਈਟਡ ਹੋ ਉਹਨਾਂ ਦੇ ਅਪਕਮਿੰਗ ਸੌਂਗ ਨੂੰ ਸੁਣਨ ਦੇ ਲਈ, ਅਤੇ ਤੱਕਾ ਗਾਣਾ ਤੁਹਾਨੂੰ ਕਿਹੋ ਜਿਹਾ ਲੱਗਾ ਸੀ। ਸੋ ਸਾਨੂੰ ਆਪਣੇ ਆਨਸਰਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ, ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨੋਟੀਫਿਕੇਸ਼ਨ ਲਈ ਨੀਚੇ ਤੇ ਬੈਲ ਆਈਕਨ ਨੂੰ ਕਲਿੱਕ ਕਰੋ, ਅਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।